ਸਿਵਲ ਹਸਪਤਾਲ ਦੇ ਵਿੱਚ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ ਤੇ ਦੱਸ ਦਈਏ ਕਿ ਲੜਕੀ ਦੇ ਵਿਆਹ ਨੂੰ ਲੈ ਕੇ ਇਹ ਸਾਰਾ ਹੀ ਵਿਵਾਦ ਭਖਿਆ। ਦਰਅਸਲ ਜਾਣਕਾਰੀ ਅਨੁਸਾਰ ਜਿਸ ਮੁੰਡੇ ਦੇ ਨਾਲ ਵਿਆਹ ਹੋਣਾ ਸੀ ਕੁੜੀ ਦਾ, ਉਸ ਮੁੰਡੇ ਦੇ ਵੱਲੋਂ ਆ ਕੇ ਘਰ ਦੇ ਵਿੱਚ ਪਰਿਵਾਰਕ ਮੈਂਬਰਾਂ 'ਤੇ ਹਮਲਾ ਕੀਤਾ ਗਿਆ। ਅਜਿਹੇ ਇਲਜ਼ਾਮ ਜੋ ਨੇ ਉਹ ਕੁੜੀ ਵਾਲਿਆਂ ਦੇ ਵੱਲੋਂ ਲਗਾਏ ਜਾ ਰਹੇ ਨੇ, ਜਦਕਿ ਮੁੰਡੇ ਵਾਲਿਆਂ ਦੇ ਵੱਲੋਂ ਵੀ ਕਾਫੀ ਗੰਭੀਰ ਇਲਜ਼ਾਮ ਕੁੜੀ ਵਾਲਿਆਂ ਦੇ ਉੱਤੇ ਲਗਾਏ ਗਏ ਨੇ। ਬੀਤੇ ਦਿਨਾਂ ਤੁਹਾਨੂੰ ਦੱਸ ਦਈਏ ਕਿ ਜੋ ਮੁੰਡਾ ਕਹਿਣ ਦੇ ਮੁਤਾਬਿਕ ਲੜਕੀ ਵਾਲਿਆਂ ਦੇ ਉਹਨਾਂ ਦੇ ਘਰ ਆਉਂਦਾ ਅਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਉਸ 'ਤੇ ਹਮਲਾ ਕਰ ਦਿੰਦਾ। ਪਰ ਇੰਨੇ ਦੇ ਵਿੱਚ ਜਿਵੇਂ ਹੀ ਇਹ ਵਿਵਾਦ ਭਖਦਾ ਤਾਂ ਸਿਵਲ ਹਸਪਤਾਲ ਦੇ ਵਿੱਚ ਵੀ ਦੋਵੇਂ ਧਿਰਾਂ ਆਮੋ ਸਾਹਮਣੇ ਹੋ ਜਾਂਦੀਆਂ ਨੇ। ਅਤੇ ਜੋ ਲੜਕੀ ਦਾ ਪਿਤਾ, ਉਸਦਾ ਕਹਿਣਾ ਕਿ 3 ਸਾਲ ਪਹਿਲਾਂ ਉਹਨਾਂ ਨੇ ਆਪਣੀ ਬੇਟੀ ਦਾ ਰਿਸ਼ਤਾ ਇੱਕ ਮੁੰਡੇ ਦੇ ਨਾਲ ਪੱਕਾ ਕਰਿਆ ਸੀ। ਹਾਲਾਂਕਿ ਉਸਦਾ ਘਰ ਵੀ ਉਹਨਾਂ ਦੇ ਘਰ ਦੇ ਬਿਲਕੁਲ ਨਜ਼ਦੀਕ ਹੈ, ਪਰ ਅਚਾਨਕ ਹੀ ਜਦੋਂ ਵਿਆਹ ਦਾ ਟਾਈਮ ਆਇਆ ਤਾਂ ਵਿਆਹ ਤੋਂ ਕੁਝ ਦਿਨ ਪਹਿਲਾਂ ਉਹ ਮੁੰਡਾ ਵਿਆਹ ਕਰਵਾਉਣ ਤੋਂ ਮੁੱਕਰ ਜਾਂਦਾ ਹੈ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਉਹ ਆਪਣੇ ਘਰ ਦੇ ਵਿੱਚ ਰਹਿਣ ਲੱਗ ਜਾਂਦੇ ਨੇ ਅਤੇ ਪੁਰਾਣੀ ਰੰਜਿਸ਼ ਜੋ ਹੈ ਇਹਨਾਂ ਦੇ ਵਿਚਕਾਰ ਸ਼ੁਰੂ ਹੋ ਜਾਂਦੀ ਹੈ। ਅਤੇ ਬੀਤੇ ਦਿਨਾਂ ਜਿਸ ਮੁੰਡੇ ਦੇ ਨਾਲ ਵਿਆਹ ਹੋਣਾ ਸੀ ਉਹ ਜੇਲ੍ਹ ਦੇ ਵਿੱਚੋਂ ਛੁੱਟ ਕੇ ਬਾਹਰ ਆਉਂਦਾ ਅਤੇ ਆਉਂਦੇ ਸਾਰ ਹੀ ਜੋ ਲੜਕੀ ਦੇ ਘਰ ਦੇ ਬਾਹਰ ਗੇੜੇ ਮਾਰਨੇ ਸ਼ੁਰੂ ਕਰ ਦਿੰਦਾ, ਜਿਸ ਤੋਂ ਲੜਕੀ ਦੇ ਪਰਿਵਾਰਕ ਮੈਂਬਰ ਕਾਫੀ ਦੁਖੀ ਹੋ ਜਾਂਦੇ ਨੇ, ਪਰ ਫਿਰ ਵੀ ਉਸਨੂੰ ਕੁਝ ਨਹੀਂ ਕਹਿੰਦੇ। ਅਤੇ ਇੰਨੇ ਦੇ ਵਿੱਚ ਕਿਹਾ ਜਾ ਰਿਹਾ ਕਿ ਫਿਰ ਉਹ ਮੁੰਡਾ ਉਹਨਾਂ ਦੇ ਘਰ ਦੇ ਵਿੱਚ ਆਉਂਦਾ ਅਤੇ ਆਉਂਦੇ ਸਾਰ ਹੀ ਪਹਿਲਾਂ ਤਾਂ ਗਾਲਾਂ ਕੱਢੀਆਂ ਜਾਂਦੀਆਂ ਨੇ, ਅਤੇ ਜਦੋਂ ਉਸਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾਂਦਾ ਤਾਂ ਉਹ ਮੁੰਡਾ ਗੁੱਸੇ ਦੇ ਵਿੱਚ ਆਪਣੇ ਨਾਲ ਬਦਮਾਸ਼ਾਂ ਨੂੰ ਲੈ ਕੇ ਆਉਂਦਾ ਅਤੇ ਆਉਂਦੇ ਸਾਰ ਹੀ ਹਮਲਾ ਕਰ ਦਿੰਦਾ, ਜਿਸ 'ਚ ਲੜਕੀ ਦਾ ਪਿਓ ਅਤੇ ਇਸਦੇ ਨਾਲ ਹੀ ਹੋਰ ਵੀ ਲੜਕੀ ਦੇ ਪਰਿਵਾਰਕ ਮੈਂਬਰ ਕਾਫੀ ਜ਼ਖਮੀ ਹੋਏ ਨੇ। ਜਿਵੇਂ ਇਹ ਹਸਪਤਾਲ ਦੇ ਵਿੱਚ ਪਹੁੰਚੇ ਤਾਂ ਦੂਜੀ ਧਿਰ ਵੀ ਉੱਥੇ ਮੌਜੂਦ ਸੀ ਅਤੇ ਦੋਵਾਂ ਦੇ ਵਿਚਕਾਰ ਇੱਕ ਵਾਰ ਫਿਰ ਤੋਂ ਤਕਰਾਰ ਹੋ ਗਈ ਹੈ। ਦੱਸ ਦਈਏ ਕਿ ਜੋ ਲੜਕੇ ਦਾ ਪਰਿਵਾਰਕ ਮੈਂਬਰ ਹੈ ਉਸਦਾ ਕਹਿਣਾ ਹੈ ਕਿ ਲੜਕੀ ਵਾਲਿਆਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਹਮਲਾ ਕੀਤਾ ਗਿਆ, ਪਰ ਮੌਕੇ ਦੇ ਉੱਤੇ ਹੁਣ ਪੁਲਿਸ ਪਹੁੰਚੀ ਹੈ ਅਤੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਤਾਂ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਇਹ ਸਾਰਾ ਵਿਵਾਦ ਭਖਿਆ। ਸਿਵਲ 'ਚ ਆਏ ਹੈਗੇ ਅਸੀਂ ਪਰਚਾ ਕਰਵਾਉਣ ਵਾਸਤੇ, ਭਤੀਜੇ ਦੇ ਵੀ ਸੱਟ ਲੱਗੀ ਹੈਗੀ, ਕਿਰਪਾਨਾ ਆ ਕੇ ਚਲਾ ਕੇ ਗਏ ਹੈਗੇ। ਅਮਨ ਪਵਨ, ਅਮਨ ਪਵਨ ਮੁੰਡੇ ਦਾ, ਸੰਦੀਪ, ਓਮ ਪ੍ਰਕਾਸ਼ ਮੇਰਾ ਭਰਾ ਹੈਗਾ, ਹਾਂਜੀ ਮੇਰੀ ਸਿਸਟਰ ਹੈ, ਹਾਂਜੀ। ਤੇ ਘਰੇ ਆ ਕੇ ਕਿਰਪਾਨਾ ਨਾਲ ਸਾਰਾ ਹੱਥ ਵੜ ਗਏ ਹੈਗੇ ਮੇਰੇ ਭਤੀਜੇ ਦਾ। ਕਿਉਂ, ਕਾਰਨ ਕੀ, ਕਰ ਰਹੀ ਲੜਾਈ ਹੋਈ? ਬੇਫਜ਼ੂਲ ਹੈ, ਹੁਣੇ ਜੇਲ੍ਹ ਕੱਟ ਕੇ ਆਇਆ ਹੈਗਾ 6 ਮਹੀਨੇ, 250 ਫੋਨ ਤੇ ਇਹਦੀ ਚੋਰੀ ਕਰਦਾ ਹੈਗਾ, 250 ਫੋਨ ਦੀ ਚੋਰੀ ਹੈ, ਉਹੀ ਕਹਿੰਦੇ ਪਏ ਜਮਾਨਤ ਤੇ ਆਇਆ ਜੀ, ਜਮਾਨਤ ਤੇ ਆਇਆ ਹੈਗਾ। ਕਿਸ ਗੱਲ ਨੂੰ ਲੈ ਕੇ ਲੜਾਈ ਹੋਈ ਹੈ? ਇਹ ਲੜਾਈ ਮੈਂ ਤੁਹਾਨੂੰ ਦੱਸ ਦਿੰਦਾ, ਪੂਰੀ ਹਕੀਕਤ ਦੱਸ ਦਿੰਦਾ, ਠੀਕ ਹੈ ਜੀ। ਇਹਨਾਂ ਨੂੰ ਆਪਾਂ ਕੁੜੀ ਦੇਣ, ਹੱਥ ਥੱਲੇ ਕਰ ਲਓ, ਹੱਥ ਥੱਲੇ, ਕੁੜੀ ਨਹੀਂ ਲੈ ਰਹੇ ਹੈਗੇ, ਕੁੜੀ ਦੇਣੀ ਕੀਤੀ ਸੀ ਇਹਨਾਂ ਨੇ, ਇਹਨਾਂ ਨੇ ਯਾਨੀ ਕਿ 3 ਸਾਲ ਹੋ ਗਏ ਸਾਨੂੰ ਲਾ ਰਹੇ ਨੂੰ, ਅਸੀਂ ਕਿਹਾ ਵੀ ਤੁਸੀਂ ਰਿਸ਼ਤਾ ਕਰ ਲਓ, ਕਹਿੰਦੇ ਅਸੀਂ ਰਿਸ਼ਤਾ ਨਹੀਂ ਕਰਨਾ, ਠੀਕ ਹੈ, ਤੇ ਫਿਰ ਕਹਿੰਦੇ ਅਸੀਂ ਵਿਆਹ ਕਰਨਾ, ਠੀਕ ਹੈ ਜੀ। ਮਹੀਨਾ ਹੋਇਆ, 2 ਮਹੀਨੇ ਹੋਇਆ, 6 ਮਹੀਨੇ, ਸਾਲ ਹੋ ਗਿਆ, 3 ਸਾਲ ਹੋ ਗਏ ਜੀ ਸਾਡਾ, 1 ਮਿੰਟ 1 ਮਿੰਟ 3 ਸਾਲ ਹੋ ਗਏ,
ਤੇ ਇੱਕ ਟਾਈਮ ਯਾਨੀ ਕਿ ਇਹ ਜਿਹੜੇ ਨਾਤੇ ਗਏ ਨਾ ਪਿਛਲੇ ਮਹੀਨੇ ਦੇ ਜਿਹੜੇ ਨਾਤੇ ਗਏ ਸੀ, ਇਹ ਨਾਤਿਆਂ ਦੇ ਵਿੱਚ ਮੇਰੀ ਕੁੜੀ ਦਾ ਵਿਆਹ ਹੈਗਾ ਸੀ, ਲੜਕੀ ਦਾ ਵਿਆਹ ਮੰਗਿਆ ਇਹਨਾਂ ਨੇ, ਤੇ ਇਹਨਾਂ ਨੇ ਕਿਹਾ ਵੀ ਤੂੰ ਆਪਣਾ ਓਮ ਭਾਈ ਆਪਣਾ ਹੱਥ ਪੱਲਾ ਸੰਭਾਲ ਲੈ ਜਿੱਥੋਂ ਵੀ ਤਾਂ ਯਾਨੀ ਕਿ ਮੈਂ ਕੁੜੀ ਦਾ ਵਿਆਹ ਕਰਨਾ, ਤੁਸੀਂ ਮੈਂ ਮੁੰਡੇ ਦਾ ਵਿਆਹ ਮੰਗ ਰਿਹਾ ਤੁਹਾਡੇ ਕੋਲ ਅਤੇ ਤੁਸੀਂ ਆਪਣਾ ਹੱਥ ਪੱਲਾ ਸੰਭਾਲ ਲਓ। ਮੈਂ ਸੋਚਿਆ ਮੇਰੇ ਕੋਲ ਪੈਸਾ ਤਾਂ ਹੈ ਨਹੀਂ, ਕਮੇਟੀ ਪਾਈ ਹੈ ਤੁਹਾਡੇ ਵਰਗੇ ਕਿਸੇ ਕੋਲ, 6 ਲੱਖ ਰੁਪਏ ਦੀ ਮੈਂ ਕਮੇਟੀ ਪਾਈ। ਇਹਨਾਂ ਕਿਹਾ ਵਿਆਹ ਮੰਗਣਾ, ਮੈਂ ਅਗਲੇ ਮਹੀਨੇ ਵਿਆਹ ਲੈਣਾ, ਤਾਂ ਉਹਦੇ ਮੈਂ ਕੀ ਕਰਾਂਗਾ ਜੀ, ਜਿੱਥੋਂ ਮੈਨੂੰ ਦਿਸਦਾ ਮੈਂ ਉਹੀ ਕਰਾਂਗਾ। ਮੈਂ 3 ਲੱਖ ਰੁਪਏ ਕਮੇਟੀ ਕਾਟਾ ਖਾ ਕੇ, ਉਹ ਅੰਦਰ ਜਾ ਤੂੰ, ਮੈਂ 3 ਲੱਖ ਰੁਪਇਆ ਕਾਟਾ ਖਾ ਕੇ ਅਤੇ ਕਮੇਟੀ ਮੈਂ ਚੁੱਕ ਲਈ ਜੀ। ਉਹਦੇ ਬਾਅਦ ਇਹ ਮੁੱਕਰ ਗਏ ਨੇ, ਕਹਿੰਦਾ ਅਸੀਂ ਕੁੜੀ ਨਹੀਂ ਲੈਣੀ। ਮੈਂ ਕੋਈ ਕੁੜੀ ਦੀ ਵਜ੍ਹਾ ਦੱਸੋ, ਕੋਈ ਵਜ੍ਹਾ ਦੱਸੋ। ਕਹਿੰਦਾ ਸਾਡਾ ਮੁੰਡਾ ਮੁੱਕਰ ਗਿਆ, ਮੁੱਕਰਨ ਦੀ ਕੋਈ ਵਜ੍ਹਾ ਦੱਸੋ। ਉਹ ਮੁੱਕਰਨ ਦੀ ਵਜ੍ਹਾ ਹਾਲੇ ਤੱਕ ਮੈਨੂੰ ਦੱਸੀ ਨਹੀਂ, ਹਾਲੇ ਤੱਕ ਮੈਨੂੰ ਵਜ੍ਹਾ ਨਹੀਂ ਪਤਾ ਲੱਗਿਆ ਵੀ ਕੀ ਹੋਈ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਹੈ। ਮੈਨੂੰ 250 ਫੋਨ ਚੋਰੀ ਕੀਤੀ ਹੈ ਜੀ ਉਹਨੇ। ਅੱਜ ਕੀ ਹੋਇਆ ਜੀ, ਅੱਜ ਕੀ ਹੋਇਆ ਜੀ, ਜ਼ਮਾਨਤ ਤੋਂ ਬਾਹਰ ਹੈ ਤੇ ਅੱਜ ਕੀ ਹੋਇਆ? ਅੱਜ ਇਹ ਹੋਇਆ ਵੀ ਮੈਂ ਘਰਦੇ ਆਪਣੇ ਕੋਲ ਖਲੋਤਾ, ਇਹ 3-4 ਵਾਰੀ ਗੇੜੇ ਮਾਰ ਗਏ ਮੁੰਡਾ, ਜਿਹਨਾਂ ਮਤੇ ਸਗਾਈ ਕੀਤੀ ਸੀ ਸਰ, ਜੁਆਇੰਟ ਬਣਾ ਕੇ ਇੱਧਰ ਗਿਆ ਉੱਧਰ ਗਿਆ, ਘਰਦੀ ਕਹਿੰਦੀ ਕੋਈ ਗੱਲ ਨਹੀਂ ਜਾਣ ਦਿਆਂ, ਸਾਨੂੰ ਕੀ ਲੈਣਾ, ਅਸੀਂ ਦੋਨੇ ਭਰਾ ਹਾਨੂੰ ਮੈਂ ਤੁਹਾਨੂੰ ਪਹਿਲਾਂ ਚਲੋ ਮੈਂ ਰਿਪੀਟ ਵੀ ਕਰ ਦਿੰਦਾ, ਅਸੀਂ ਦੋਨੇ ਭਰਾ ਇੰਜੋਏ ਕਰਦੇ ਹਾਂ, ਛੋਟਾ ਭਰਾ ਮੇ ਅਤੇ ਇਹ ਆ ਕੇ ਨਾ ਮੈਨੂੰ ਗਾਲਾਂ ਕੱਢਣ ਲੱਗੇ ਮੇਰੇ ਨਾਂ 'ਤੇ, ਓਮ ਪ੍ਰਕਾਸ਼ ਕਿੱਥੇ ਹੈ ਤੇਰੀ ਧੀ ਦੀ ਤੇਰੀ ਭੈਣ ਦੀ, ਆਹ ਹੁਣ ਤੂੰ ਕੀ ਕਹਿਣਾ ਤੂੰ, ਠੀਕ ਹੈ ਜੀ। ਉਹਦੇ ਬਾਅਦ ਛੋਟਾ ਭਰਾ ਵੀ ਕਹਿਣ ਲੱਗਿਆ ਮੇਰੀ ਕਰਦੀ, ਕਹਿੰਦੀ ਚੁੱਪ ਰਹਿ ਤੂੰ ਕੁਛ ਨਹੀਂ ਕਹਿਣਾ, ਕੋਈ ਚੰਗਾ ਮਾੜਾ ਨਹੀਂ ਕਹਿਣਾ, ਕਹਿੰਦੇ ਇਹਨੂੰ ਜੋ ਕਹਿੰਦਾ ਪਿਆ ਕਹਿਣ ਦੇ। ਭਾਜੀ ਇੱਕ ਕਹਿੰਦਾ ਵੀ ਹੱਦ ਹੀ ਵੱਧ ਹੁੰਦੀ ਹੈ, ਬਰਦਾਸ਼ਤ ਵੀ ਕਹਿੰਦੀ ਹੱਦ ਹੁੰਦੀ ਹੈਗੀ, ਇਹਨੇ ਬਹੁਤ ਕੁਛ ਕੀਤਾ ਹੈਗਾ। ਉਹਦੇ ਬਾਅਦ ਫਿਰ ਹੋਇਆ ਜਦੋਂ ਮੈਂ ਉਹਨੂੰ ਕਿਹਾ ਮੈਂ ਤੂੰ ਇੱਦਾਂ ਕਰ ਛੋਟੇ ਤੂੰ ਜਾ, ਬਸ ਇਹੀ ਗੱਲ ਫੜਿਆ ਮੈਂ, ਇਹੀ ਇਹ ਚੀਜ਼ ਕੀਤੀ ਮੈਂ ਸਿਰਫ, ਇਹ ਚੀਜ਼ ਕਰਨ ਤੋਂ ਬਾਅਦ ਟੋਕਾ ਫੜਿਆ ਇਹ ਤੋਂ, ਇਹ ਤੋਂ ਮੈਂ ਹੁਣ ਮੈਂ ਕੀ ਕਰ ਸਕਦਾ, ਮੈਂ ਮਜ਼ਬੂਰ ਹਾਂ, ਲਾਚਾਰ ਹਾਂ, ਇਸ ਟਾਈਮ ਮੈਂ ਦਮੇ ਦਾ ਬਿਮਾਰ ਹਾਂ, ਹਾਲੇ ਮੈਂ ਚੱਲਦੇ। ਲੜਾਈਆਂ ਇੱਟਾਂ ਰੋਜ਼ ਰੋਲਾ ਮਾਰਦੇ, ਕੱਲ ਮੇਰੇ ਸਿਰ ਦਾ ਭਰਾ ਪਾੜਿਆ, ਅੱਜ ਮੇਰੀ ਮਾਂ ਦਾ ਮਾਰਿਆ, ਮੇਰੀ ਭੈਣ ਨੂੰ ਕੁੱਟਿਆ, ਇਹਨਾਂ ਦੀ ਇੱਕ ਪੁਲਿਸ ਕਰਮਚਾਰੀ ਰੱਖਿਆ ਹੋਇਆ, ਉਹਦੀ ਫੋਰਸ ਜ਼ਿਆਦਾ ਚਾਹੀਦੀ ਹੈ ਪ੍ਰਸ਼ਾਸਨ ਵੱਲੋਂ, ਜਿਵੇਂ ਕਿ ਅੱਜ ਇੱਕ ਪੂਰੀ ਇੱਕ ਕਹਿ ਸਕਦੇ ਹਾਂ ਕਿ ਭੀੜ ਪੂਰੀ ਪਹੁੰਚ ਗਈ ਹਸਪਤਾਲ 'ਚ, ਸੀਨੀਅਰ ਅਧਿਕਾਰੀਆਂ ਦੇ ਧਿਆਨ 'ਚ ਲਿਆ ਜਾਊਗਾ ਮਾਮਲਾ ਵੀ ਫੋਰਸ ਵਧਾਈ ਜਾਵੇ, ਕਿਉਂਕਿ ਪਹਿਲਾਂ ਵੀ ਕਈ ਵਾਰ ਇੱਥੇ ਹਮਲੇ ਹੋ ਚੁੱਕੇ ਆ, ਦਿੱਤੀਆਂ ਹੋਈਆਂ ਨੇ, ਠੀਕ ਸਰ।